ਬੀਜੇਪੀ ਸਰਕਾਰ ਆਏ ਸਾਲ ਇੱਥੇ ਨਵਾਂ ਟੈਂਡਰ ਤਾਂ ਚੜਾ ਦਿੰਦੀ ਆ, ਲੇਕਿਨ ਜੇਬਾਂ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪਰਚੀਆਂ ਜ਼ਰੂਰ ਕੱਟੀਆਂ ਜਾਂਦੀਆਂ ਨੇ, ਲੇਕਿਨ ਉਹਦੀ ਜਿਹੜੀ ਸੁਵਿਧਾ ਆ ਉਹ ਬਿਲਕੁਲ ਨਹੀਂ ਦਿੱਤੀ ਜਾਂਦੀ। ਜੇ ਸਾਡੇ ਪੰਜਾਬ 'ਚ ਦੋ ਕੰਮ ਰਹਿ ਗਏ, ਜਾਂ ਤਾਂ ਸਾਡੇ ਬੱਚੇ ਬਾਹਰ ਜਾਣ ਜਾਂ ਅਸੀਂ ਮੌਤਾਂ ਲੈ ਲਈਏ। ਕਿਸਾਨ ਐਕਸ਼ਨ ਦੇ ਵਿੱਚ ਆ ਚੁੱਕੇ ਨੇ, ਜਿੱਥੇ ਹਰਿਆਣੇ ਵਾਲਿਆਂ ਨੇ ਆਪਣੇ ਰਾਹ ਬੰਦ ਕਰਤੇ ਨੇ, ਬੈਰੀਕੇਡ ਲਾਤੇ ਨੇ ਕਿ ਕਿਸਾਨਾਂ ਨੂੰ ਹਰਿਆਣੇ ਚ ਆਉਣ ਨਹੀਂ ਦੇਣਾ, ਦਿੱਲੀ ਜਾਣ ਨਹੀਂ ਦੇਣਾ। ਉੱਥੇ ਹੀ ਕਿਸਾਨਾਂ ਦੀ ਤਿਆਰੀ ਪੂਰੀ ਹੈ, ਕਿਸਾਨ ਇਕੱਠੇ ਹੋ ਰਹੇ ਨੇ, ਪਰ ਕਿਸਾਨਾਂ ਦੇ ਇਕੱਠੇ ਹੋ ਕੇ ਬੈਰੀਕੇਡਾਂ ਵੱਲ ਦਿੱਲੀ ਵੱਲ ਵਧਣ ਤੋਂ ਪਹਿਲਾਂ ਇੱਕ ਹੋਰ ਕਾਰਵਾਈ ਸ਼ੁਰੂ ਹੋ ਗਈ ਹੈ। ਪਿੱਛੇ ਤੁਸੀਂ ਟੋਲ ਟੈਕਸ ਦੇਖ ਰਹੇ ਹੋ, ਪਰ ਇਸ ਟੋਲ ਟੈਕਸ ਦੇ ਜਿਹੜੇ ਟੰਬੇ ਨੇ ਉਹ ਚੱਕ ਦਿੱਤੇ ਗਏ ਨੇ, ਰੁਕਾਵਟ ਹੈ ਜਿਹੜੀ ਉਹ ਹਟਾ ਦਿੱਤੀ ਗਈ ਹੈ, ਰਸਤੇ ਖੋਲ ਦਿੱਤੇ ਗਏ ਨੇ, ਟੋਲ ਟੈਕਸ ਫ੍ਰੀ ਰੋਡ ਕਰ ਦਿੱਤੀ ਗਈ ਹੈ। ਇਹ ਪਾਤੜਾਂ ਖਨੌਰੀ ਦਿੱਲੀ ਰੋਡ ਹੈ, ਜਿੱਥੋਂ ਹਵਾਈ ਅੱਡੇ ਨੂੰ ਜਾਣ ਵਾਲੇ ਅਨੇਕਾਂ ਪੰਜਾਬੀ ਜਾਂ ਦਿੱਲੀ ਜਾਣ ਵਾਲੇ ਅਨੇਕਾਂ ਪੰਜਾਬੀ ਇੱਥੋਂ ਲੰਘਦੇ ਨੇ, ਤਾਂ ਟੋਲ ਟੈਕਸ ਮਾਫ ਕਰ ਦਿੱਤਾ ਹੈ ਜੀ। ਇੱਥੇ ਕਿਸਾਨਾਂ ਨੇ ਟੋਲ ਬੰਦ ਕਰਵਾ ਦਿੱਤਾ, ਹਾਲਾਂਕਿ ਕਿਸਾਨਾਂ ਨੇ ਆਪਣੇ ਟਰੈਕਟਰਾਂ ਸਮੇਤ ਹਾਲੇ ਇੱਥੇ ਪਹੁੰਚਣਾ ਥੋੜੀ ਦੇਰ ਤੱਕ, ਕਿਉਂਕਿ ਦਿੱਲੀ ਵੱਲ ਨੂੰ ਕੂਚ ਕਰਨਾ। ਭਲੇ ਹੀ ਹਰਿਆਣੇ ਵਾਲਿਆਂ ਨੇ ਕੰਧ ਕੱਢ ਲਈ ਤੇ ਉੱਤੋਂ ਘੁੰਡ ਕੱਢ ਲਿਆ ਕਿ ਬੈਰੀਕੇਡ ਦਿਖਣ ਵੀ ਨਾ, ਪਰ ਕਹਿੰਦੇ ਨੇ ਕਿ ਇੱਦਾਂ ਗੱਲ ਨਹੀਂ ਬਣਨੀ, ਬੈਰੀਕੇਡ ਤੇ ਪਹੁੰਚਣਾ ਵੀ ਹੈ ਤੇ ਬੈਰੀਕੇਡ ਟੱਪਣਾ ਵੀ ਹੈ, ਪਰ ਉਦੋਂ ਪਹਿਲਾਂ ਸੁਨੇਹਾ ਦੇਣਾ ਸ਼ੁਰੂ ਕਰਤਾ, ਕਿਉਂਕਿ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ ਦਾ ਟੋਲ ਹੈ ਜਿਹੜਾ ਉਹ ਬੰਦ ਕਰਵਾ ਦਿੱਤਾ ਗਿਆ ਕਿਸਾਨਾਂ ਵੱਲੋਂ, ਤੇ ਮੋਰਚਾ ਇੱਥੇ ਲਾ ਦਿੱਤਾ ਗਿਆ। ਬਾਈ ਟੋਲ ਟੈਕਸ ਮਾਫ, ਟੋਲ ਟੈਕਸ ਬਿਲਕੁਲ ਮਾਫ ਕਰ ਚੁੱਕੇ ਹਾਂ ਅਸੀਂ। ਸਾਡੇ ਜਿਹੜੇ ਕਿਸਾਨ ਭਰਾ ਨੇ, ਪਹਿਲਾਂ ਸਾਨੂੰ ਜੋ ਮੋਦੀ ਸਰਕਾਰ ਨੇ ਗਰੰਟੀ ਦਿੱਤੀਆਂ ਸੀ, ਸਾਨੂੰ ਹੁਣ ਤੱਕ ਨਹੀਂ ਮਿਲੀਆਂ। ਸਾਡੇ ਹਲਕੇ ਦੇ ਜਿੰਨੇ ਸਾਡੇ ਮੋਹਤਰ ਬੰਦੇ ਸਾਡੇ ਨਾਲ ਨੇ ਇੱਥੇ, ਅਸੀਂ ਟੋਲ ਬਿਲਕੁਲ ਫ੍ਰੀ ਕਰ ਚੁੱਕੇ ਹਾਂ। ਸਾਡੇ ਕਿਸਾਨ ਭਰਾਵਾਂ ਸਵਾਗਤ ਕਰ ਰਹੇ ਅਸੀਂ, ਉਹਨਾਂ ਸਾਥ ਦੇਵਾਂਗੇ, ਸਾਡਾ ਸਤਰਾਣਾ ਹਲਕਾ ਸਾਰਾ ਸਾਥ ਦਊਗਾ ਕਿਸਾਨਾਂ ਦਾ। ਸਾਡੀ ਦੇਖੋ ਮੰਗਾਂ ਪਹਿਲਾਂ ਪਤਾ ਕਿਸਾਨੀ ਮਰ ਚੁੱਕੀ ਹੈ, ਸਾਡੇ ਪੰਜਾਬ 'ਚ ਦੋ ਕੰਮ ਰਹਿ ਗਏ, ਜਾਂ ਤਾਂ ਸਾਡੇ ਬੱਚੇ ਬਾਹਰ ਜਾਣ ਜਾਂ ਅਸੀਂ ਮੌਤਾਂ ਲੈ ਲਈਏ। ਸਾਡੀ ਬੇਨਤੀ ਹੈ ਸਾਰੇ ਪੰਜਾਬ ਭਰਾਵੋ, ਉੱਠੋ, ਉੱਠ ਕੇ ਸਾਰਾ ਪੰਜਾਬ ਆ ਸਾਥ ਦਈਏ, ਕਿਸਾਨ ਜਥੇਬੰਦੀ ਸਾਥ ਦਈਏ, ਪਰ ਰਲ ਮਿਲ ਕੇ ਸਾਡਾ ਸਾਰੇ ਮੋਹਤਰ ਬੰਦੇ ਨਾਲ ਲੱਗ ਕੇ ਅਸੀਂ ਪੈਂਟ ਟੋਲ ਪਲਾਜ਼ਾ ਫ੍ਰੀ ਕਰ ਚੁੱਕੇ ਹਾਂ, ਕਿਸਾਨਾਂ ਵਾਸਤੇ ਲੰਗਰ ਪਾਣੀ ਵੀ ਤਿਆਰ ਕਰ ਰਹੇ ਅਸੀਂ। ਤਾਂ ਇਹ ਪੈਂਦ ਹੈ ਜੀ, ਪੈਂਦ ਪਿੰਡ ਹੈ, ਉੱਥੋਂ ਦਾ ਇਹ ਟੋਲ ਹੈ ਤੇ ਪੈਂਦ ਵਾਲਾ ਟੋਲ ਇਹਨੂੰ ਕਹਿੰਦੇ ਨੇ, ਤੇ ਕਹਿੰਦੇ ਨੇ ਕਿ ਇੱਥੇ ਹੁਣ ਕਿਸਾਨਾਂ ਦਾ ਸਵਾਗਤ ਹੋਊਗਾ, ਇਸੇ ਰਸਤਿਓਂ ਕਿਸਾਨਾਂ ਨੂੰ ਸਵਾਗਤ ਕਰਕੇ ਦਿੱਲੀ ਵਾਲੇ ਰਾਹ ਪਾਉਣਾ। ਕਹਿੰਦੇ ਭਲਾ ਹੀ ਅੱਗੇ ਜਾ ਕੇ ਬੈਰੀਕੇਡ ਤੇ ਨਿਬੜਨੀ ਕੀ ਹੈ, ਕੀ ਹਾਲਾਤ ਬਣਨੇ ਨੇ, ਹਰਿਆਣੇ ਵਾਲਿਆਂ ਨੇ ਸਖਤ ਰੋਕਾਂ ਲਾਈਆਂ, ਉਹ ਸਮਾਂ ਦੱਸੇਗਾ। ਪਰ ਇਹਨਾਂ ਸਥਾਨਕ ਲੋਕਾਂ ਨੇ ਕਿਸਾਨਾਂ ਦਾ ਸਵਾਗਤ ਕਰਨ ਦੇ ਲਈ ਟੋਲ ਫ੍ਰੀ ਕਰ ਦਿੱਤਾ ਹੈ ਤੇ ਲੰਗਰ ਕਹਿੰਦੇ ਕਿ ਬਸ ਤਿਆਰ ਕਰਦੇ ਆ। ਸਰਦਾਰ ਸਾਹਿਬ ਕੀ ਲੱਗਦਾ, ਜਿਵੇਂ ਹਰਿਆਣੇ ਵਾਲਿਆਂ ਨੇ ਤਾਂ ਭਾਰਤ ਪਾਕਿਸਤਾਨ ਵਾਲੀ ਤਸਵੀਰ ਬਣਾਤੀ ਤੇ ਕਿਸਾਨ ਇਧਰੋਂ ਕਹਿੰਦੇ ਕਿ ਅਸੀਂ ਤਾਂ ਭਾਈ ਆ ਰਹੇ ਹਾਂ। ਬੀਜੇਪੀ ਸਰਕਾਰ, ਸੈਂਟਰ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਜਿਹੜੀ ਏ, ਉਹ ਕਿਸਾਨਾਂ ਨੂੰ ਰੋਕਣਾ ਚਾਹੁੰਦੀ ਏ। ਇਹ ਇੱਕ ਮੈਸੇਜ ਏ ਬੀਜੇਪੀ ਸਰਕਾਰ ਨੂੰ, ਸੈਂਟਰ ਵਾਲੀ ਨੂੰ, ਹਰਿਆਣੇ ਵਾਲੀ ਨੂੰ। ਤੁਸੀਂ ਰਸਤਾ ਬੰਦ ਕਰ ਸਕਦੇ ਜੇ ਕਿਸਾਨ ਟੋਲ ਬੰਦ ਕਰ ਸਕਦੇ ਨੇ। ਇੱਕ ਸਪਸ਼ਟ ਮੈਸੇਜ ਏ ਉਹਨਾਂ ਨੂੰ ਵੀ ਤੁਸੀਂ ਆਪਦੇ ਰਸਤੇ ਖੋਲੋ, ਕਿਸਾਨਾਂ ਨੂੰ ਸਿੱਧੇ ਦਿੱਲੀ ਜਾਣ ਦਿਓ। ਇਹ ਜਿਹੜੀ ਬਹੁਤ ਜ਼ਿਆਦਾ ਤਕਲੀਫਾਂ ਨੇ ਇੱਥੇ, ਜਿਹੜੇ ਪੈਂਦ ਟੋਲ ਹੈ, ਟੋਲ ਏ, ਇਹਦੀ ਵੀ ਬਹੁਤ ਵੱਡੀ ਸਮੱਸਿਆ ਹੈ। ਲੋਕਾਂ ਦੀ ਬੜੀ ਲੰਮੇ ਸਿਰ ਸਮੇਂ ਤੋਂ ਮੰਗ ਸੀ ਵੀ ਜਿਹੜਾ ਸਾਡੇ ਇੱਥੇ ਤੁਸੀਂ ਹੋਣਾ, ਜਦੋਂ ਟੱਪੋਗੇ ਨਾ ਟੋਲ ਟੱਪ ਕੇ, ਜਦੋਂ ਤੁਸੀਂ ਖਨੌਰੀ ਵਾਲੀ ਸਾਈਡ ਜਾਓਗੇ,
ਭਾਖੜਾ ਨਹਿਰ ਤੋਂ ਲੈ ਕੇ ਖਨੌਰੀ ਜਿਹੜੀ ਵੱਡੀ ਉੱਥੇ ਘੱਗਰ ਹੈ ਜਿਹੜੀ ਭਾਖੜਾ ਦੇ ਥੱਲੋਂ ਦੀ ਲੰਘਦੀ, ਉੱਥੋਂ ਤੱਕ ਸਾਰਾ ਰੋਡ ਇਹਨਾਂ ਨੇ ਉੱਚਾ ਚੱਕ ਕੇ ਬਣਾਇਆ ਘੱਟੋ ਘੱਟ 15-15 ਫੁੱਟ ਜੀ, ਔਰ ਕੋਈ ਪਾਣੀ ਦੀ ਨਿਕਾਸੀ ਨਹੀਂ ਉੱਥੇ। ਜਦੋਂ ਇਹਨਾਂ ਦੇ ਜਿਹੜੇ ਇੰਜੀਨੀਅਰ ਸਨ ਉਹ ਇੱਥੇ ਰੋਡ ਜਦੋਂ ਇਹਨੂੰ ਰੋਡ ਦਾ ਉਹਨਾਂ ਨੇ ਡਿਜ਼ਾਇਨ ਬਣਾਇਆ, ਉਹਨਾਂ ਨੂੰ ਇਹ ਵੀ ਤਾਂ ਪਤਾ ਹੈ ਨਾ ਇੱਥੇ ਹੜ ਆਉਂਦੇ ਨੇ, ਔਰ ਲੰਮੇ ਸਮੇਂ ਤੋਂ ਜਦੋਂ ਦੀ ਅਸੀਂ ਸੁਰਤ ਸੰਭਾਲੀਏ ਹਰ ਸਾਲ ਹੜ ਆਉਂਦਾ ਜੀ ਇੱਥੇ। ਉਹਦਾ ਖਮਿਆਜ਼ਾ ਐਤਕੀ ਪੰਜਾਬ ਦੇ ਅਨੇਕਾਂ ਪਿੰਡਾਂ ਨੂੰ ਭੁਗਤਣਾ ਪਿਆ ਜਿਹੜੇ ਹਾਲਾਤ ਬਣੇ ਔਰ ਉਸ ਬੰਦ ਦੇ ਚੱਲਦੇ। ਜਿਹੜੇ ਘੱਗਰ ਦੀ ਮਾਰਚ ਪਿੰਡ ਸੀ ਉਹਨਾਂ ਨੂੰ ਤਾਂ ਭੁਗਤਣਾ ਪਿਆ, ਜਿਹੜੇ ਬਿਲਕੁਲ ਕਦੇ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਜਦੋਂ ਦੀਆਂ ਇਹ ਪ੍ਰਬੰਧ ਕੀਤਾ ਇੱਥੇ ਪਾਣੀ ਦੇ ਪ੍ਰਬੰਧ ਲੱਗੇ ਨੇ ਆਉਣ ਸ਼ੁਰੂ ਤੋਂ ਲੈ ਕੇ, ਉਹਨਾਂ ਪਿੰਡਾਂ 'ਚ ਕਈਆਂ 'ਚ ਕਦੇ ਨਹੀਂ ਪਾਣੀ ਗਿਆ, ਔਰ ਪਹਿਲੀ ਵਾਰੀ ਇਸ ਰੋਡ ਕਰਕੇ ਪਾਣੀ ਗਿਆ। ਜਿਹੜੇ ਘੱਗਰ ਦੀ ਮਾਰ ਸਨ ਉਹਨਾਂ ਦੇ ਤਾਂ ਆਉਂਦਾ ਹੀ ਆਉਂਦਾ ਪਾਣੀ, ਔਰ ਜਿਹੜੇ ਘੱਗਰ ਦੀ ਮਾਰ ਤੋਂ ਬਾਹਰ ਬੈਠੇ ਨੇ ਪਿੰਡ ਜਿਹੜੇ ਦੂਰ ਦੁਰਾਡੇ ਨੇ 15-15 ਕਿਲੋਮੀਟਰ ਇੱਥੋਂ ਦੂਰ ਨੇ ਜਿਹੜੇ ਪਿੰਡ, ਉਹਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਐਕਦੀ ਪਾਣੀ ਲੋਕਾਂ ਦੇ ਪਿੰਡਾਂ 'ਚ ਵੜ ਗਿਆ ਜੀ, ਔਰ ਜਿੱਥੇ ਕਦੇ ਅੱਜ ਤੱਕ ਪਾਣੀ ਨਹੀਂ ਹੈ ਟਿੱਬਿਆਂ 'ਚ ਪਾਣੀ ਚੜ੍ਹਦਾ ਜੀ ਇਹਨੇ ਬੀਜੇਪੀ ਸਰਕਾਰ ਨੇ ਜੀ, ਔਰ ਇਹ ਰੋਡ ਕਰਕੇ ਚੜਿਆ ਜੀ ਉਹ। ਬਹੁਤ ਭਾਰੀ ਨੁਕਸਾਨ ਹੋਇਆ ਹੈ ਜਾਨੀ ਮਾਲੀ, ਬਹੁਤ ਤਕੜਾ ਨੁਕਸਾਨ ਹੋਇਆ ਜੀ, ਔਰ ਲੋਕਾਂ ਨੇ 47 ਵਾਲਾ ਪਹਿਲਾਂ ਜਿਵੇਂ ਸੰਤਾਪ ਭੋਗਿਆ ਸੀ ਫਿਰ 84 ਵਾਲਾ ਭੋਗਿਆ, ਉਵੇਂ ਐਕਦੀ ਹੜਾ ਵਾਲਾ ਸੰਤਾਪ ਭੋਗਿਆ ਸਾਡੇ ਇਲਾਕੇ ਹਲਕੇ ਸੁਤਰਾਣੇ ਨੇ ਤਾਂ ਜੀ। ਇਹ ਟੋਲ ਆ ਜੀ, ਕਹਿੰਦੇ ਇਹ ਇਕੱਲਾ ਟੋਲ ਹੀ ਨਹੀਂ, ਇਹ ਇਕੱਲਾ ਟੋਲ ਟੈਕਸ ਲੋਕਾਂ ਦੇ ਲੰਘਣ ਵਾਲਿਆਂ ਦੀ ਜੇਬ ਨੂੰ ਕਹਿੰਦੇ ਪਰਚੀ ਨਹੀਂ ਪੈਂਦੀ, ਇਹਦੇ ਤੋਂ ਆਸ ਪਾਸ ਦੇ ਲੋਕ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ। ਕਹਿੰਦੇ ਨੇ ਕਿ ਆਉਣ ਜਾਣ ਵਾਲਿਆਂ ਦੀ ਇਕੱਲੀ ਜੇਬ ਨੂੰ ਹੀ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ, ਪਰ ਇੱਥੋਂ ਦੇ ਆਸ ਪਾਸ ਦੇ ਪਿੰਡਾਂ ਨੂੰ ਹੜਾਂ ਵੇਲੇ ਬਰਬਾਦ ਕਰਤਾ। ਕਹਿੰਦੇ ਇਸ ਸੜਕ ਦੇ ਬਣਾਉਣ ਵੇਲੇ ਕੀਤੀ ਗਲਤੀ ਨੇ ਬਾਈ ਜੀ ਹੋਣੀ ਖੜੇ ਨੇ ਵੀਰ, ਕਿੰਨੇ ਕੁ ਪਿੰਡ ਇਸ ਕਹਿ ਸਕਦੇ ਕਿ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ, ਔਰ ਕਿਵੇਂ ਦੇਖਦੇ ਹੋ ਹੁਣ ਕਿਸਾਨ ਆ ਰਹੇ ਨੇ ਇਹ ਮਸਲਾ ਤੁਸੀਂ ਵਿੱਚ ਐਡ ਕਰ ਰਹੇ ਹੋ ਜੀ? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਪਿਛਲੀ ਵਾਰ ਵੀ ਜਿੱਦਾਂ ਜੋ ਆਪਣਾ ਹੈਜੀਟੇਸ਼ਨ ਹੋਇਆ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਸਾਥ ਦਿੱਤਾ, ਥੈਂਕ ਯੂ ਸੋ ਮਚ, ਐਰਕੀ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਆ। ਜਿਵੇਂ ਕਿ ਗੱਲ ਤੁਸੀਂ ਕਰਦੇ ਹੋ ਜੀ ਹੜ੍ਹ ਦੇ ਵਿੱਚ, ਜਿਵੇਂ ਸਰਦਾਰ ਜੀ ਨੇ ਪਹਿਲਾਂ ਦੱਸੀ ਇਹ ਗੱਲ ਵੀ ਜਦੋਂ ਹੜ੍ਹ ਆਉਂਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਤਾਂ ਪਾਣੀ ਆਉਂਦਾ ਆ ਉਹਨਾਂ ਨੂੰ ਤਾਂ ਪ੍ਰੋਬਲਮ ਆਉਂਦੀ ਆ, ਤਕਲੀਫ ਹੁੰਦੀ ਆ, ਐਰ ਕਿ ਉਹਨਾਂ ਪਿੰਡਾਂ ਦੇ ਵਿੱਚ ਵੀ ਪਾਣੀ ਵੜ ਗਿਆ ਜਿੱਥੇ ਪਾਣੀ ਇਹਦੀ ਨਿਕਾਸੀ ਨਾ ਹੋਣ ਕਰਕੇ ਰੁਕਿਆ ਸਾਰਾ ਕੁਛ। ਤਾਂ ਅਸੀਂ ਜਿਹੜੇ ਪਿੰਡ ਇੱਥੇ ਬਹੁਤ ਲਾਗੇ ਤਾਗੇ ਦੇ ਪਿੰਡ ਨੇ, ਲੋਕਲ ਆਏ ਵੀ ਨੇ, ਗੁਲਾੜ ਆ, ਨਾਈ ਵਾਲਾ ਆ, ਅੱਗੇ ਨੂੰ ਲੰਘ ਜਾਂਦੇ ਨੇ ਜੀ ਪਿੰਡ, ਉੱਥੇ ਬਹੁਤ ਗੰਦੇ ਤਰੀਕੇ ਦੇ ਨਾਲ ਇੰਨਾ ਕੁ ਜ਼ਿਆਦਾ ਪ੍ਰੋਬਲਮ ਆਈ ਆ। ਬੀਜੇਪੀ ਸਰਕਾਰ ਆਏ ਸਾਲ ਇੱਥੇ ਨਵਾਂ ਟੈਂਡਰ ਤਾਂ ਚੜਾ ਦਿੰਦੀ ਆ, ਲੇਕਿਨ ਜੇਬਾਂ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਪਰਚੀਆਂ ਜ਼ਰੂਰ ਕੱਟੀਆਂ ਜਾਂਦੀਆਂ ਨੇ, ਲੇਕਿਨ ਉਹਦੀ ਜਿਹੜੀ ਸੁਵਿਧਾ ਆ ਉਹ ਬਿਲਕੁਲ ਨਹੀਂ ਦਿੱਤੀ ਜਾਂਦੀ। ਜੇਕਰ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਕਹਿੰਦੇ ਨੇ ਜੀ ਅਸੀਂ ਜਿਹੜੇ ਪੈਸੇ ਲੈਣ ਵਾਲੇ ਹੋਰ ਨੇ, ਫੈਸਿਲਿਟੀ ਦੇਣ ਵਾਲੇ ਹੋਰ ਨੇ, ਉਹ ਸਾਨੂੰ ਕਦੇ ਆਹਮਣੇ ਸਾਹਮਣੇ ਬਿਲਕੁਲ ਵੀ ਨਹੀਂ ਕਰਦੇ। ਸਿਰਫ ਇਹਨਾਂ ਦਾ ਮੇਨ ਇੱਕ ਹੀ ਕਾਰਨ ਆ, ਕਿਸਾਨਾਂ ਨੂੰ, ਪੰਜਾਬ ਨੂੰ ਬੁਰੀ ਤਰ੍ਹਾਂ ਦਬਾਉਣਾ, ਤੇ ਦਬਾਉਣ ਦੇ ਉੱਤੇ ਲੱਗੇ ਹੋਏ ਨੇ। ਅੱਜ ਮੌਕਾ ਮਿਲਿਆ ਤੇ ਤੁਸੀਂ ਟੋਲ ਬੰਦ ਕਰਾਤਾ ਜੀ? ਬਿਲਕੁਲ, ਇਹ ਇਹ ਕਿਸਾਨਾਂ ਨੇ ਜੀ, ਕਿਸਾਨਾਂ ਦਾ ਸੀ ਜਿਹੜਾ ਆਉਣ ਵਾਲੀ ਜਿਹੜੀ ਅੱਜ ਇੱਥੋਂ ਟੋਲ ਲੰਘਣਾ ਹੈ ਅੱਗੇ ਦਿੱਲੀ ਲਈ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਉਹਨਾਂ ਨੂੰ ਉਹਨਾਂ ਦੀ ਟੋਲ ਫ੍ਰੀ ਕਰ ਚੁੱਕੇ ਹਾਂ, ਖਾਣ ਪੀਣ ਦਾ ਪ੍ਰਬੰਧ ਬਿਲਕੁਲ ਅਸੀਂ ਕਰਦੇ ਪਏ ਹਾਂ, ਤੇ ਅਸੀਂ ਉਹਨਾਂ ਦੇ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਆ ਜੀ, ਟੋਲ ਅਸੀਂ ਉਹਨਾਂ ਲਈ ਬੰਦ ਕਰ ਦਿੱਤਾ ਗਿਆ ਪੂਰੀ ਤਰ੍ਹਾਂ। ਤਾਂ ਟੋਲ ਬੰਦ ਕਰ ਦਿੱਤਾ ਹੈ ਜੀ, ਕਿਸਾਨਾਂ ਨੇ ਹਲੇ ਆਉਣਾ ਤੇ ਕਹਿੰਦੇ ਸਵਾਗਤ ਦੀ ਤਿਆਰੀ ਕਰ ਲਈ ਹੈ, ਇਹ ਟੋਲ ਵੀ ਉਹਨਾਂ ਦੇ ਸਵਾਗਤ ਦੇ ਵਿੱਚ ਬੰਦ ਕੀਤਾ ਹੈ। ਕਹਿੰਦੇ ਨੇ ਕਿ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਹੈ ਤਾਂ ਕਿ ਕਿਸਾਨਾਂ ਨੂੰ ਇਸ ਰਸਤੇ ਅਦਬ ਸਤਿਕਾਰ ਦੇ ਨਾਲ ਕਹਿੰਦੇ ਅੱਗੇ ਵੱਲ ਰਵਾਨਾ ਕਰ ਸਕੀਏ। ਹਾਲਾਂਕਿ ਅੱਗੇ ਖਨੌਰੀ ਵਾਲਾ ਮਸਲਾ, ਖਨੌਰੀ ਵਾਲਾ ਬੈਰੀਅਰ ਹੈ ਜਿਹੜਾ ਉਹ ਇਸੇ ਸੜਕ ਤੇ ਅੱਗੇ ਜਾ ਕੇ ਪੈਂਦਾ ਹੈ, ਜਿੱਥੇ ਹਰਿਆਣੇ ਨੇ ਬੇਹੱਦ ਮਜ਼ਬੂਤ ਬੈਰੀਕੇਡ ਆ ਜਿਹੜਾ ਉਹ ਲਾਇਆ ਹੋਇਆ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਪੈਂਦੇ, ਖਨੌਰੀ।